ਹਾਂਜੀ ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤਰੀਕ ਹੋ ਚੁੱਕੀ ਹੈ ਜੀ 28 ਸਤੰਬਰ 2024, ਅਤੇ ਦਿਨ ਹੈਗਾ ਸ਼ਨੀਵਾਰ। ਅਤੇ ਅੱਜ ਬਾਸਮਤੀ 1509, 1847, 1692, ਇਹਨਾਂ ਦੇ ਆਪਾਂ ਰੇਟ ਮੰਡੀਆਂ 'ਚ, ਪੰਜਾਬ ਅਤੇ ਹਰਿਆਣਾ ਦੀ ਮੰਡੀਆਂ 'ਚ ਕੀ ਰਹੇ ਨੇ ਉਹ ਆਪਾਂ ਲੈ ਕੇ ਹਾਜ਼ਰ ਹੋਏ ਹਾਂ। ਅਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ 'ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਬਾਸਮਤੀ ਜਿਹੜੀ 1847 ਆ, ਇਹ ਦੋ ਮੰਡੀਆਂ 'ਚ ਪਹੁੰਚੀ ਹੈਗੀ, ਦੋ ਆਈਆਂ ਦੋ ਮੰਡੀਆਂ 'ਚ। ਅਤੇ ਇਹਦਾ ਰੇਟ ਜਿਹੜਾ ਹੈਗਾ ਨਾ, ਉਹ ਬਾਸਮਤੀ 1509 ਤੋਂ ਜਿਹੜਾ 300-400 ਰੁਪਏ ਦਾ ਉਹ ਮਤਲਬ ਪਿੱਛੇ ਚੱਲ ਰਿਹਾ, ਘੱਟ ਲੱਗਿਆ। ਅਤੇ ਉਹਨਾਂ ਦੀ ਆਪਾਂ ਗੱਲ ਕਰਾਂਗੇ। ਹੁਣ ਆਪਾਂ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਹਾਂ, ਬਾਸਮਤੀ 1509 ਕੀ ਰੇਟ ਰਹੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਬਟਾਲੇ ਦੀ, ਜਿੱਥੇ 2720 ਰੁਪਏ ਜਿਹੜੀ 1509 ਦੀ ਢੇਰੀ ਬੋਲੀ 'ਤੇ ਵਿਕੀ ਆ, ਅਤੇ 5000 ਜਿਹੜੀ ਬੋਰੀ ਆਈ ਆ ਵਿਕਣ ਲਈ। ਅੱਗੇ ਗੱਲ ਕਰਦੇ ਜੀ ਫਾਜ਼ਿਲਕਾ, ਫਾਜ਼ਿਲਕਾ ਲੱਗੀ ਆ ਜੀ 2815 ਰੁਪਏ। ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜੀ ਲੱਗੀ ਆ ਉੱਥੇ 1509, 2660 ਰੁਪਏ, ਅਤੇ 30000 ਜਿਹੜੀ ਬੋਰੀ ਵਿਕਣ ਲਈ ਆਈ ਆ। ਅੱਗੇ ਗੱਲ ਕਰਦੇ ਹਾਂ ਜੀ ਮਲੇਰਕੋਟਲੇ ਦੀ, ਮਲੇਰਕੋਟਲੇ ਜਿੱਥੇ ਲੱਗੀ ਆ ਜੀ ਟੋਪ ਦਾ ਰੇਟ 2700 ਰੁਪਏ। ਜੰਡਿਆਲਾ ਗੁਰੂ ਦੀ ਗੱਲ ਕਰਦੇ ਹਾਂ ਤਾਂ 2710 ਰੁਪਏ ਜਿਹੜਾ ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ। ਪਾਤੜਾਂ 'ਚ ਜਿਹੜੀ ਬੋਲੀ ਲੱਗੀ ਆ 1509 ਦੀ 2800 ਰੁਪਏ, ਸਮਾਣਾ 2810 ਰੁਪਏ। ਅੱਗੇ ਢਹਾਣਾ ਆ ਗਿਆ ਜੀ, ਢਹਾਣੇ ਦੀ ਗੱਲ ਕਰੀਏ ਤਾਂ 1509 ਲੱਗਿਆ 2845 ਰੁਪਏ। ਲਾੜਵਾ ਮੰਡੀ 'ਚ ਲੱਗਿਆ 2690 ਰੁਪਏ। ਨਰੇਲਾ ਮੰਡੀ ਦੀ ਗੱਲ ਕਰਦੇ ਹਾਂ 2638 ਰੁਪਏ। ਤਰਾਬੜੀ ਮੰਡੀ 2860 ਰੁਪਏ। ਖਨੌਰੀ ਮੰਡੀ 2775 ਰੁਪਏ। ਸੋਨੀਪਤ ਮੰਡੀ ਲੱਗਿਆ ਜੀ 2651 ਰੁਪਏ। ਅੱਗੇ ਸਿਰਸਾ ਦੀ ਗੱਲ ਕਰੀਏ, ਹਰਿਆਣੇ ਦੀ ਮੰਡੀ 2776 ਰੁਪਏ 1509 ਦੀ ਜਿਹੜੀ ਬੋਲੀ 'ਤੇ ਵਿਕਿਆ ਝੋਨਾ। ਅਤੇ 1847 ਜਿਹੜਾ ਪਹੁੰਚਿਆ ਇੱਥੇ ਉਹ ਲੱਗਿਆ ਜੀ 2571 ਰੁਪਏ। ਅਤੇ ਅੱਗੇ ਕਰਦੇ ਹਾਂ ਜੀ ਗੱਲ ਸਮਾਲਖਾ ਮੰਡੀ ਦੀ, ਜਿੱਥੇ 2611 ਰੁਪਏ ਜਿਹੜਾ 1509 ਵਿਕਿਆ। ਗਰਾਊਂਡਾ ਮੰਡੀ ਗੱਲ ਕਰੀਏ ਤਾਂ ਉੱਥੇ ਹੱਥ ਨਾਲ ਕੱਟੀ ਹੋਈ 1509 ਲੱਗੀ ਆ 2880 ਰੁਪਏ, ਅਤੇ ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜੀ 2725 ਰੁਪਏ। ਅਤੇ ਜਿਹੜੀ 7000 ਜਿਹੜੀ ਬੋਰੀ ਇੱਥੇ ਵਿਕਣ ਲਈ ਆਈ ਆ। ਅੱਗੇ ਗੱਲ ਕਰਦੇ ਹਾਂ ਜੀ ਕਰਨਾਲ ਦੀ, ਕਰਨਾਲ ਜਿੱਥੇ ਝੋਨਾ ਲੱਗਿਆ 2725 ਰੁਪਏ। ਕੈਂਥਲ ਦੀ ਗੱਲ ਕਰਦੇ ਹਾਂ ਤਾਂ ਉੱਥੇ 1509 ਬੋਲੀ 'ਤੇ ਝੋਨਾ ਵਿਕਿਆ 2745 ਰੁਪਏ, ਅਤੇ 1847 ਦੀ ਜਿਹੜੀ ਬੋਲੀ ਲੱਗੀ ਆ ਢੇਰੀ ਦੀ ਉਹ 2550 ਰੁਪਏ। ਚੀਕਾ ਮੰਡੀ ਦੀ ਗੱਲ ਕਰਦੇ ਹਾਂ ਤਾਂ ਲੱਗਿਆ 1509 2780 ਰੁਪਏ। ਰਤੀਆ ਮੰਡੀ 2961 ਰੁਪਏ। ਅੱਗੇ ਗੱਲ ਕਰਦੇ ਹਾਂ ਜੀ ਪੁੰਡਰੀ ਮੰਡੀ 2964 ਰੁਪਏ ਜਿਹੜਾ ਲੱਗਿਆ ਹੱਥ ਨਾਲ ਕੱਟਿਆ ਹੋਇਆ ਝੋਨਾ, ਜਿਹੜਾ 3000 ਦੇ ਕਰੀਬ ਲਗਭਗ ਪਹੁੰਚ ਗਿਆ। ਅਤੇ ਹਾਂ, ਜਿਹੜਾ ਕੰਬਾਈਨ ਨਾਲ ਕੱਟਿਆ ਲੱਗਿਆ ਹੋਇਆ ਝੋਨਾ ਜੀ ਉਹ ਲੱਗਿਆ 2775 ਰੁਪਏ। ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜਾ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਅਤੇ ਜੇ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਜੇ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਤਾਂ ਵੀਡੀਓ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚਦੀ ਆ। ਇਸ ਲਈ ਬੇਨਤੀ ਆ, ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਆਪਣੀ ਜਿਹੜੀ ਵੀਡੀਓ ਹੈ ਸ਼ਾਮ ਨੂੰ ਡੇਲੀ 6 ਵਜੇ ਆਪਣੀ ਅਪਲੋਡ ਹੋ ਜਾਂਦੀ ਆ, ਅਤੇ ਡੇਲੀ ਦੀ ਡੇਲੀ ਆਪਣੇ ਜਿਹੜੇ ਮੰਡੀਆਂ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਕੱਲ੍ਹ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਜੀ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।